ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰ ਸਿੰਘ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਵੀਰ ਅਰਸ਼ ਦੇ ਕੋਲ। ਅਤੇ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵੀਰ ਦਾ, ਗਾਵਾਂ, ਮੱਝਾਂ, ਝੋਟੀਆਂ, ਹਰ ਇੱਕ ਤਰ੍ਹਾਂ ਦੀ ਕੁਆਲਿਟੀ ਆ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੀ ਆ। ਅੱਜ 16 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ। ਕੱਲ੍ਹ ਮੋਰਨਿੰਗ 17 ਅਗਸਤ ਨੂੰ ਜਿਹੜੀ ਦੋਸਤੋ ਸੁਬਹਾ 6 ਵਜੇ ਇਹ ਵੀਡੀਓ ਅਪਲੋਡ ਕਰ ਦਿਆਂਗੇ। ਸੋ ਚਾਹਵਾਨ ਵੀਰ, ਜਿਸ ਕਿਸੇ ਨੇ ਵੀ ਪਸ਼ੂ ਖਰੀਦਣਾ, ਤੁਸੀਂ ਆਪਦੀ ਤਸੱਲੀ ਕਰਕੇ ਪਸ਼ੂ ਖਰੀਦ ਸਕਦੇ ਹੋ। ਚੰਗੇ ਪਸ਼ੂ ਆਉਂਦੇ ਆ ਦੋਸਤੋ, ਤਸੱਲੀ ਵਾਲੇ ਆ। ਬਾਕੀ ਆਪਦੀ ਤਸੱਲੀ ਜ਼ਰੂਰ ਕਰ ਲਿਓ ਘਰ ਵਿਜ਼ਿਟ ਕਰਕੇ। 2 ਟਾਈਮ ਚਵਾਈ ਜ਼ਰੂਰ ਕਰ ਲਿਆ ਕਰੋ। ਔਨਲਾਈਨ ਸੌਦਾ ਤੁਸੀਂ ਕਰ ਸਕਦੇ ਹੋ, ਪਰ ਆਪਦੀ ਸੋਚ ਸਮਝ ਦੇ ਹਿਸਾਬ ਨਾਲ ਕਰ ਲਿਆ ਕਰੋ, ਠੀਕ ਹੈ ਜੀ। ਸੋ ਆਪਣੀ ਜ਼ਿੰਮੇਵਾਰੀ 'ਤੇ ਜ਼ਰੂਰ ਜਿਹੜਾ ਤੁਸੀਂ ਔਨਲਾਈਨ ਸੌਦਾ ਕਰਿਆ ਕਰੋ, ਪਰ ਤਸੱਲੀ ਹੈ ਜਿਹੜੀ ਘਰ ਵਿਜ਼ਿਟ 2 ਟਾਈਮ ਚਵਾਈ ਜ਼ਰੂਰ ਕਰਿਆ ਕਰੋ, ਠੀਕ ਹੈ। ਗੱਭਣ ਪਸ਼ੂ ਨੂੰ ਜਿਹੜਾ ਦੋਸਤੋ ਭਰਿਆ ਭਾਂਡਾ ਸਿੱਪ ਕੇ ਤਸੱਲੀ ਕਰ ਲਿਆ ਕਰੋ। ਆਓ ਕਰਦੇ ਹਾਂ ਗੱਲਬਾਤ ਬਾਈ ਅਰਸ਼ ਦੇ ਨਾਲ। ਸਭ ਤੋਂ ਪਹਿਲਾਂ ਵੀਰ ਅਰਸ਼, ਕੀ ਹਾਲ ਚਾਲ ਨੇ ਭਰਾ? ਬਹੁਤ ਵਧੀਆ, ਬਹੁਤ ਵਧੀਆ ਸੰਧੂ ਸਾਹਿਬ, ਤੁਸੀਂ ਸੁਣਾਓ, ਠੀਕ ਠਾਕ ਜੇ? ਠੀਕ ਠਾਕ ਵੀਰ ਜੀ, ਠੀਕ ਠਾਕ, ਵਧੀਆ 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 ਸੰਧੂ ਸਾਹਿਬ, ਚੜ੍ਹਦੀ ਕਲਾ ਵਧੀਆ, ਚੰਗੇ ਚਾਹੀਦਾ। ਤੇ ਅਰਸ਼ ਭਰਾ, ਅੱਜ ਪਸ਼ੂ 2 ਵਕਾਊ ਆ? ਹਾਂਜੀ, ਇੱਕ ਮੈਂ ਸੂਈ ਆ ਤਾਜੀ, ਹਾਂ, ਤੜਕੇ ਦੀ ਤੇ ਇੱਕ ਝੋਟੀ, ਠੀਕ ਹੈ, ਤਿਆਰ ਹੀ ਆ ਜੀ। ਆ ਮੱਝ ਸੂਈ ਆ? ਹਾਂਜੀ, ਇਹ ਸੂਈ ਆ ਜੀ, ਇਹ ਮੱਝ ਸੂਈ ਆ ਦੋਸਤੋ। ਤੇ ਇੱਕ ਝੋਟੀ ਜਿਹੜੀ ਆ ਤੁਹਾਨੂੰ ਆਹ ਦਿਖਾ ਦਾਂਗੇ, ਠੀਕ ਹੈ, ਇਹ ਗੱਬਣ, ਠੀਕ ਹੈ, ਗੱਬਣ ਝੋਟੀ ਆ। ਸੋ ਤੁਸੀਂ ਜ਼ਰੂਰ ਖਰੀਦ ਸਕਦੇ ਹੋ, ਬਾਕੀ ਡਿਟੇਲ ਆਪਾਂ ਪੁੱਛ ਲੈਂਦੇ ਹਾਂ। ਅਰਸ਼ ਬਾਈ, ਪਹਿਲੇ ਨੰਬਰ ਤੋਂ ਸਵੀਪ ਵਿਖਾ ਦਈਏ ਬਾਈ ਪਹਿਲਾਂ। ਹਾਂਜੀ ਹਾਂਜੀ, ਲਓ ਜੀ, ਆ ਲਓ, ਠੀਕ ਆ, ਸੂਈ ਮਾਝਾ ਦੋਸਤੋ। ਤੇ ਸੂਆ ਅਰਸ਼ ਕਿਨਮਾ? ਇਹ ਸੂਏ ਤੀਜੇ ਸੂਈ ਸੰਧੂ ਸਾਹਿਬ, ਤੀਜੇ ਸੂਏ ਸੂਈ ਆ। ਬੱਚਾ ਥੱਲੇ ਕੀ ਆ ਗਿਆ? ਕੱਟੀ ਏ, ਕੱਟੀ, ਹਾਂਜੀ, ਮਗਰ ਕੱਟੀ ਆ ਦੋਸਤੋ। ਕੱਲ ਤੜਕੇ, ਅੱਜ ਮੋਰਨਿੰਗ ਆ? ਅੱਜ ਸੂਈ ਆ, ਅੱਜ ਤੜਕੇ ਮੋਰਨਿੰਗ ਸੂਈ ਆ, ਮਗਰ ਭਰਾਵੋ ਆ ਕੱਟੀ, ਤੁਸੀਂ ਦੇਖ ਸਕਦੇ ਆ, ਠੀਕ ਆ। ਆ ਮਗਰ ਬੱਚਾ ਕੱਟੀ, ਨਾੜੂ ਬੱਚੇ ਆ ਨਾਲ। ਅਤੇ ਮੈਂ ਬਿਲਕੁਲ, ਤੁਸੀਂ ਵੇਖੋਗੇ ਤੀਜੇ ਸੂਬੇ, ਠੀਕ ਆ, ਸੂ ਦੇ ਵਿੱਚ ਪਸ਼ੂ, ਕਿਉਂਕਿ ਮੋਰਨਿੰਗ ਸੋਇਆ, ਥਣ ਚੱਡਾ ਤੁਸੀਂ ਆਹ ਵੇਖ ਕੇ ਚੈੱਕ ਕਰ ਲਓ। ਅਤੇ ਸੁਬਹਾ ਫਿਰ ਇੱਕ ਡੰਗ ਦੀ ਕਰੀਏ ਚਵਾਈ ਕੋਈ? ਚਵਾਈ ਆਪਾਂ ਸੰਧੂ ਸਾਹਿਬ 12 ਵਜੇ, 1 ਵਜੇ ਮੈਂ ਜੇਰ ਪਾਈ ਸੀ, ਅਤੇ ਆਪਾਂ 2 ਵਜੇ ਚਵਾਈ ਕੀਤੀ, ਮੈਂ 3 ਕਿਲੋ, 3 ਕਿਲੋ ਇੱਕੋ ਚਵਾਈ ਕੀਤੀ ਜੀ। ਹਾਂਜੀ, ਠੀਕ ਹੈ ਜੀ, 3 ਕਿਲੋ ਜਿਹੜੀ ਚਵਾਈ ਆ ਦੋਸਤੋ, 1 ਟਾਈਮ ਹੋਈ ਆ, ਬਾਕੀ ਆਹ ਥਣ ਦੇ ਬਾਜੇ ਭਰ ਭੋਲਾ ਹੋਏ, ਠੀਕ ਆ, ਥਣ ਥੁਣ ਪੂਰਾ ਲੰਬਾਈ ਦੇ ਵਿੱਚ, ਠੀਕ ਹੈ। ਅਤੇ ਪੂਰੀ ਮੱਝ ਜਿਹੜੀ ਆ ਦੋਸਤੋ, ਤੀਜਾ ਸੂਬਾ ਸੂਈ ਆ। ਬਾਕੀ ਤੁਹਾਡੀ ਸਮਝ ਆ, ਵਪਾਰ ਦੀ ਲਾਈਨ ਦੇ ਵਿੱਚੋਂ ਆਪਾਂ ਪਸ਼ੂ ਖਰੀਦਿਆ, ਤੀਜੇ ਸੂਬੇ ਮੰਨ ਕੇ ਅੱਗੋਂ ਤੁਸੀਂ ਆਪਦਾ ਸੋਚ ਸਮਝ ਵਰਤ ਸਕਦੇ ਹੋ, ਠੀਕ ਆ। ਖੋਲ੍ਹ ਕੇ ਅਰਸ਼ ਦਿਖਾਈਏ ਵੀਰ, ਕੋਈ 3 ਕਿਲੋ ਜਿਹੜੀ ਆ ਬੋਲੇ ਦੇ ਵਿੱਚ ਚਵਾਈ ਆ, ਉਹ 3 ਕਿਲੋ ਜਿਹੜੀ ਮੋਰਨਿੰਗ ਦੋਸਤੋ ਸੂਈ ਦੇ ਥੱਲੇ 12-1 ਵਜੇ ਜੇਰ ਪੈਣ ਤੋਂ ਬਾਅਦ 12-1 ਵਜੇ ਜਿਹੜੀ ਚਵਾਈ ਆ, ਕੋਈ 3 ਕਿਲੋ ਚਵਾਈ ਕੀਤੀ ਆ, ਠੀਕ ਆ। ਅਤੇ ਸਟਾਰਟਿੰਗ ਸੰਧੂ ਸਾਹਿਬ 7 ਕਿਲੋ ਬੋਲਾ ਵਾ? ਫੁਹਾਰਾ ਥਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ, ਠੀਕ ਹੈ ਜੀ, ਐ ਨੀ ਕੋਈ ਪ੍ਰੋਬਲਮ ਹੋਵੇ, ਤੇ ਉਹਦੀ ਵੀਰਾਂ ਦਾ ਵੀ ਆਪਣੀ ਗਰੰਟੀ ਆ, ਚਵਾਈ ਚੁਬਈ 1 ਨੰਬਰ ਲੱਗੀ ਆ, ਠੀਕ ਹੈ। ਆਹ ਮੈਂ ਦੀ ਫੇਸ ਕੁਆਲਿਟੀ ਆ, ਮੂੰਹ ਮੱਥਾ ਤੁਸੀਂ ਆ ਵੇਖ ਕੇ ਚੈੱਕ ਕਰੋ, ਹਾਈਟ ਮੀਡੀਅਮ ਦੇ ਵਿੱਚ ਤੁਸੀਂ ਅਕਾਊਂਟ ਕਰ ਲਓ, ਠੀਕ ਆ। ਮੈਂ ਰਾਜੀ ਆ, ਪਰ ਜਿਵੇਂ ਸੂਬ ਦੇ ਵਿੱਚ ਪਸ਼ੂ ਆ, ਅਤੇ ਆਪਦੇ ਆਪ ਨੂੰ ਮੈਨਟੇਨ ਕਰ ਲੂਗਾ ਕੋਈ 2-4 ਦਿਨਾਂ ਦੇ ਵਿੱਚ ਵਿੱਚ। ਠੀਕ ਹੈ ਜੀ, ਠੀਕ ਹੈ। ਅਰਸ਼ ਕਿੰਨਾ ਮੁੱਲ ਫਿਰ ਕਰਦੇ ਦਾ? ਮੁੱਲ ਇਹਦਾ ਸੰਧੂ ਸਾਹਿਬ ਕਰਦੇ ਆਪਾਂ 70,000 ਰੁਪਇਆ। 70,000?
ਹਜ਼ਾਰ ਵਿਚੋਂ ਛੋਟ ਛੱਪਾ ਮੌਕੇ ਕੋਈ ਹੋਰ ਹੋ ਜੂਗਾ ਠੀਕ ਆ ਜੀ ਥੱਲੇ ਹੋਰ ਹੋ ਜੂਗਾ ਜਿੰਨੀ ਵੀ ਗੁੰਜਾਇਸ਼ ਹੋਈ ਜ਼ਰੂਰ ਕੱਢ ਦਿੱਤੀ ਜਾਊਗੀ ਸੋ ਜ਼ਰੂਰ ਤੁਸੀਂ ਵਿਜਿਟ ਕਰਿਓ ਦੇਖਿਓ ਚਵਾਈ ਕਰਿਓ ਫਿੱਟ ਬੈਠੀ ਫਿੱਟ ਬੈਠੀ ਦਾ ਸੌਦਾ ਜ਼ਰੂਰ ਕਰਿਓ ਠੀਕ ਆ ਮੱਝ ਚੰਗੀ ਆ ਦੁੱਧ ਵਾਲੀ ਆ ਦੁੱਧ ਚੰਗਾ ਲੈ ਲਉਂਗੇ ਸੇਵਾ ਚੰਗੀ ਕਰਕੇ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਝੋਟੀ ਜਿਹੜੀ ਆ ਇਹ ਦਿਖਾ ਦਿੰਦੇ ਹਾਂ ਝੋਟੀ ਤੁਸੀਂ ਇੱਕ ਵਾਰੀ ਆ ਵੇਖ ਸਕਦੇ ਹੋ ਠੀਕ ਹੈ ਜੀ ਸੂਆ ਕਿਨਮਾ ਇਹ ਆਪਣਾ ਦੂਜੇ ਹਾਂਜੀ ਦੂਜੇ ਸੂਏ ਬਾਈ ਕਹਿੰਦਾ ਵੀ ਸੋਹਣੀ ਆ ਮੱਥਾ ਬੱਲਾ ਅੱਖਾਂ ਦੇ ਵਿੱਚ ਜਵਾਬ ਦੋਸਤੋ ਮਗਰਲੇ ਪੈਰ ਧੋਤੇ ਆ ਅਤੇ ਥੋੜ੍ਹਾ ਜਿਹਾ ਜਿਵੇਂ ਗਰੇਡਰ ਪਸ਼ੂ ਆ ਗਿਆ ਠੀਕ ਆ ਅਤੇ ਨੀਲੀ ਗਰੇਡਰ ਗਰੇਡਰ ਦੇ ਵਿੱਚ ਤੁਸੀਂ ਇਹਨੂੰ ਅਕਾਊਂਟ ਕਰ ਲਿਓ ਅਤੇ ਪਤਲੀ ਚਮੜੀ ਆ ਬਿਲਕੁਲ ਠੀਕ ਆ ਥਾਣਾ ਥੁਣ ਤੁਹਾਨੂੰ ਜਿਹੜੇ ਦਿਖਾਉਣੇ ਆ ਆਹ ਦੇਖੋ ਜੀ ਠੀਕ ਆ ਥਾਣਾ ਥੁਣ ਪੂਰਾ ਮੁੱਠੀ ਵਾਲਾ ਬਣਾਊਗੀ ਦੋਸਤੋ ਬਿਲਕੁਲ ਪਤਲੇ ਜੇ ਥਾਣਾ ਅਤੇ ਚਵਾਈ ਵਧੀਆ ਕਰਾ ਦੂਗੀ ਠੀਕ ਆ ਪੋਲੀ ਚਵਾਈ ਕਰਾ ਦੂਗੀ ਅਤੇ ਦਿਨ ਕਿੰਨੇ ਕੁ ਲੈਂਦੀ ਹੈ ਜੀ ਇਹ ਸੰਧੂ ਸਾਹਿਬ ਦੋ ਚਾਰ ਦਿਨ ਹੀ ਭਾਵੇਂ ਰਾਤ ਨੂੰ ਸੂਬੇ ਭਲਕੇ ਸੂਬੇ ਪਰਸੋਂ ਸੂਬੇ ਇੰਨੇ ਕੁ ਦਿਨ ਲੈਂਦੀ ਪੂਰੇ ਪੜੇ ਤੋੜੇ ਹੈ ਹਾਂਜੀ ਹਾਂਜੀ ਪੂਰੇ ਪੜੇ ਬਿਲਕੁਲ ਜਿਹੜੇ ਦੋਸਤੋ ਫਿੱਸੇ ਪਏ ਵੇਖ ਸਕਦੇ ਹੋ ਤੁਸੀਂ ਠੀਕ ਆ ਅਤੇ ਦੋ ਚਾਰ ਦਿਨ ਲੈ ਜੇ ਸਫ਼ਰ 'ਚ ਜਾਂਦਿਆਂ ਸੂਫੇ ਇੱਥੇ ਕੁ ਪਸ਼ੂ ਬਿਲਕੁਲ ਜਿਹੜਾ ਦੋਸਤੋ ਤਿਆਰੀ ਜੇ ਵਿੱਚ ਆ ਅਤੇ ਹੋ ਸਕਦਾ ਵੀ ਹੋਰ ਦੋ ਚਾਰ ਦਿਨ ਜੇ ਲੈ ਜਾਂਦੀ ਹੈ ਤਾਂ ਬੜੀ ਵਧੀਆ ਗੱਲ ਆ ਮੂੰਹ ਮੱਥਾ ਵੇਖ ਲੈਂਦਾ ਝੋਟੀ ਬਿਲਕੁਲ ਸੁਬਾਹ ਦੋਸਤੋ ਦੂਜਾ ਸੋਣਾ ਠੀਕ ਹੈ ਅਤੇ ਭਾਲ ਭੁੱਲ ਜਿਹੜੀ ਆ ਤੁਹਾਨੂੰ ਨਜ਼ਰ ਆਊਗੀ ਇੱਕ ਸਾਈਡ 'ਤੇ ਵੈਸੇ ਬਿਲਕੁਲ ਬਹਿਣੀ ਵਾਲੇ ਪਾਸੇ ਜਿਹੜੇ ਦੋਸਤੋ ਭਾਲਾਂ ਭੁੱਲਾਂ ਦੇ ਵਿੱਚ ਤਾਂ ਬੇਸ਼ੱਕ ਹੈਗੀ ਆ ਠੀਕ ਹੈ ਬਾਕੀ ਆਹ ਥੰਮਦੇ ਵਾ ਜੀ ਅਤੇ ਸੁਬਾਹ ਦੂਜਾ ਸੋਣਾ ਠੀਕ ਹੈ ਅਰਸ਼ ਕਿੰਨਾ ਮੁੱਲ ਫਿਰ ਇਹਦਾ ਕਿੰਨਾ ਕਰਤਾ ਵੀ ਇਹਦਾ ਮੁੱਲ ਵੀ ਸੰਧੂ ਸਾਹਿਬ 70,000 ਰੁਪਇਆ ਕਰਦੇ ਆ 70,000 ਹਾਂਜੀ ਹਾਂ ਨਾ 66,000 ਦੀ ਮੈਂ ਦੇ ਦਾਂਗੇ ਉਹਦੇ ਵਿੱਚੋਂ ਮਾਨਤਨ ਕਰ ਦਾਂਗੇ ਇਹ 66 ਦੀ ਹਾਂਜੀ ਉਹ 67 ਦੀ ਹਾਂਜੀ ਇਹ ਆ ਪਹਿਲੇ ਸੂਈ ਉਹਨਾਂ 9 ਕਿਲੋ ਦੁੱਧ ਚੋਇਆ ਝੋਟੀ ਥੱਲੇ ਅੱਛਾ 9 ਤੋਂ 10 ਤੇ ਵੀ ਗਈ ਆ ਇਹ ਤੋਂ ਨਹੀਂ ਵਧੀ ਐਗਤੀ ਝੋਟੀ 10 ਕਿਲੋ ਦੁੱਧ ਆਇਆ ਪੱਕਾ ਨੈਟ ਚਵਾ ਦੂਗੀ ਠੀਕ ਹੈ ਹਾਂਜੀ ਲਓ ਵੀ ਦੋਸਤੋ ਠੀਕ ਆ ਅਤੇ 9-10 ਲੀਟਰ ਵੀਰਾਂ ਦਾ ਜਿਹੜੀ ਮਿਲਕ ਕਪੈਸਿਟੀ ਰਹੂਗੀ ਅਤੇ ਮੁੱਲ ਦੋਸਤੋ 66,000 ਦੀ ਦੇ ਲਿਆ ਠੀਕ ਆ ਬਾਕੀ ਥੰਮ ਥੁੰਮ ਜਿਹੜੇ ਆ ਪ੍ਰੋਪਰ ਤੁਸੀਂ ਚਾਰੇ ਦੇਖ ਲਓ ਆਹ ਦੇਖੋ ਜੀ ਠੀਕ ਆ ਇਹ ਦੋ ਨਾਗ ਜਿਹੜੇ ਅੱਜ ਬਾਈ ਅਰਸ਼ ਦੇ ਕੋਲ ਵਿਕਾਊਗਾ ਦੋਸਤੋ ਇੱਕ ਸੂਈ ਆ ਇੱਕ ਗੱਬਣ ਝੋਟੀ ਆ ਨੰਬਰ ਆਪਾਂ ਲੈ ਲੈਂਦੇ ਹਾਂ ਹਾਂਜੀ 9851260 ਇੱਕ 9851131 ਜੀ ਠੀਕ ਹੈ ਬਾਈ ਹਾਂਜੀ ਸੋ ਦੋਸਤੋ ਸਾਨੂੰ ਮੇਰੇ ਨਾਲ ਵੀਰ ਅਰਸ਼ ਪਿੰਡ ਸੁਰ ਸਿੰਘ ਤੁਸੀਂ ਵਿਜ਼ਿਟ ਕਰਨੀ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਭਿੱਖੀ ਪਿੰਡ ਤੋਂ ਕੋਈ 7 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਸੁਰ ਸਿੰਘ ਤੁਸੀਂ ਖਾਸ ਵਿਜ਼ਿਟ ਕਰਕੇ ਘਰ ਵਿਜ਼ਿਟ ਕਰ ਸਕਦੇ ਹੋ ਮਾਣੇ ਮਲੀਆਂ ਵਾਲੀ ਸੜਕ ਦੋਸਤੋ ਬਿਲਕੁਲ ਸੁਰ ਸਿੰਘ ਤੋਂ ਉਹਦੇ ਉੱਪਰ ਜਿਹੜਾ ਵੀਰ ਹੋਰਾਂ ਦਾ ਘਰ ਆ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਪਏ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ